ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਦਾ ਜੀ ਆਇਆਂ ਨੂੰ ਜੀ ਹੁਣੇ-ਹੁਣੇ ਹਵਾਈ ਯਾਤਰੀਆਂ ਲਈ ਆਈ ਮਾੜੀ ਖਬਰ ਕੇਂਦਰੀ ਮੰਤਰੀ ਨੇ ਪੂਰਾ ਕੀਤਾ ਇਹ ਐਲਾਨ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਉਹ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਵੀ ਕਰ ਦੇਣ ਦੇਸ਼ ਅੰਦਰ ਵਾਧੂ ਮੰਗਾਈ ਦੇ ਮੱਧ ਵਰਗ ਤੇ ਹੇਠਲੇ ਵਰਗ ਦੇ ਲੋਕਾਂ ਦਾ ਬਹੁਤ ਬੁਰਾ ਹਾਲ ਹੋਇਆ ਇਸ ਦੌਰਾਨ ਊਰਜਾ ਨਾਲ ਦੀ ਜਰੂਰਤਾਂ ਜ਼ਰੂਰਤਮੰਦ ਵਸਤਾਂ ਵੀ ਖਰੀਦ ਪੋਣਾ ਇੱਕ ਵੱਡੀ ਚੁਣੌਤੀ ਬਜੋ ਹਾਲਾਤ ਲੋਕ ਤੇ ਸਾਹਮਣੇ ਪੇਸ਼ ਆ ਰਹੇ ਨੇ ਖੇਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੇ ਕਾਰਨ ਇਸ ਵਿਧੀ ਹੋਈ ਮੰਗਾਈ ਦੇ ਵਿੱਚ ਲੋਕ ਕਿਸੇ ਢੰਗ ਨਾਲ ਆਪਣੀ ਜ਼ਿੰਦਗੀ ਨੂੰ ਗੁਜ਼ਾਰ ਬਸ ਕਰ ਰਹੇ ਨੇ ਜਿੱਥੇ ਸਰਕਾਰ ਵੱਲੋਂ ਕਈ ਥਾਵਾਂ ਉੱਪਰ ਇਸ ਵਾਧਵੀ ਮੰਗਾਈ ਦੇ ਵਿੱਚ ਲੋਕਾਂ ਨੂੰ ਰਾਹ ਦੇਣ ਦਾ ਕੰਮ ਕੀਤਾ ਜਾ ਰਿਹਾ ਹੈ ਉੱਥੇ ਦੂਜੇ ਪਾਸੇ ਸਰਕਾਰ ਵੱਲੋਂ ਇਸ ਖਾਸ ਵਿਭਾਗ ਦੇ ਨਾਲ ਸੰਬੰਧੀ ਸੇਵਾਵਾਂ ਦੇ ਮੁੱਲਾਂ ਵਿੱਚ ਵਾਧਾ ਕੀਤਾ ਗਿਆ ਹੈ ਜਿਸ ਕਰਿਓ ਗਿਆ ਕਿ ਦੇਸ਼ ਅੰਦਰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਨੇ ਜਿਨ੍ਹਾਂ ਦੇ ਰੇਟਾਂ ਉੱਪਰ ਪਰ ਅੱਜ ਵੀ ਕਿਸੇ ਕਮ ਕਿਸਮ ਦੀ ਕੋਈ ਕਮੀ ਜਾਂ ਠੋਸ ਰੋਕ ਦੇਖਣ ਨੂੰ ਨਹੀਂ ਆਈ ਇਸ ਦੌਰਾਨ ਹੀ ਹੁਣ ਹਵਾਈ ਯਾਤਰਾ ਰਾਹੀਂ ਸਫ਼ਰ ਕਰਨਾ ਮਹਿੰਗਾ ਹੋ ਗਿਆ ਹੈ ਅਤੇ ਇਸ ਦਾ ਕਾਰਨ ਹਵਾਈ ਜਹਾਜ਼ ਦੇ ਵਿੱਚ ਵਰਤੇ ਜਾਣ ਵਾਲੇ ਇੰਦਨ ਨੂੰ ਮਹਿੰਗਾ ਕਰਨਾ ਦੱਸਿਆ ਗਿਆ ਹੈ ਸਰਕਾਰ ਵੱਲੋਂ 에ਅਰਕ੍ਰਾਫਟ ਫਿਊਲਸ ਦੀਆਂ ਕੀਮਤਾਂ ਦੇ ਵਿੱਚ ਵਾਧਾ ਕੀਤਾ ਗਿਆ ਜਿਸ ਕਾਰਨ ਹਵਾਈ ਕਿਰਾਏ ਦੀਆਂ ਕੀਮਤਾਂ ਉੱਪਰ ਵੱਡਾ ਅਸਰ ਪਿਆ ETF ਦੀ ਕੀਮਤ ਵਧਣ ਦੇ ਨਾਲ ਹਵਾਈ ਕਿਰਾਏ ਵਿੱਚ ਵੀ ਵਾਧਾ ਕੀਤਾ ਗਿਆ ਹੈ ਇਸ ਦਾ ਅਸਰ ਸਿਰਫ ਸਫ਼ਰ ਕਰਨ ਵਾਲੇ ਲੋਕਾਂ ਉੱਪਰ ਪੈ ਰਿਹਾ ਹੈ ਦਾਸ ਜੀ ਹੈ ਕਿ ਹਵਾਈ ਕਿਰਾਏ ਦੇ ਵਿੱਚ 5% ਦਾ ਵਾਧਾ ਕੀਤਾ ਗਿਆ ਹੈ ਜਿਸ ਸੰਬੰਧੀ ਜਾਣਕਾਰੀ ਨੂੰ ਸ਼ਹਿਰੀ ਹਵਾ ਬਾਜ਼ੀ ਮੰਤਰੀ ਹਰਦੀਪ ਸਿੰਘ ਪੂਰੀ ਤੇ ਟਵੀਟ ਕਰਕੇ ਸਾਂਝਾ ਕੀਤਾ ਗਿਆ ਉਹ ਆਪਣੇ ਟਵੀਟ ਰਾਹੀਂ ਐਲਾਨ ਕਰਦੇ ਹੋਏ ਆਖਿਆ ਕਿ ETF ਦੀ ਕੀਮਤ ਵਿੱਚ ਲਗਾਤਾਰ ਵਾਧਾ ਹੋਇਆ ਇਸ ਲਈ ਉਪਰਾਲੇ ਕਿਰਾਏ ਦੇ ਬੈਂਡ ਵਿੱਚ ਕੋਈ ਤਬਦੀਲੀ ਨਾ ਰੱਖਦੇ ਹੋਏ ਹੇਟਲੇ ਕਿਰਾਏ ਦੇ ਵਾਲੇ ਬੈਨ ਨੂੰ 5% ਧੋਣ ਦਾ ਫੈਸਲਾ ਕੀਤਾ ਹੈ ਜੇ 3.5 ਲੱਖ ਯਾਤਰੀ ਇੱਕ ਮਹੀਨੇ ਵਿੱਚ 30 ਵਾਰ ਹਵਾਈ ਯਾਤਰਾ ਦੀ ਹੱਦ ਪਾਰ ਕਰਦੇ ਨੇ ਤਾਂ ਇਸ ਲਈ ਸੈਕਟਰ ਨੂੰ 100% ਆਪਰੇਸ਼ਨਲੀ ਖੋਲ ਸਕਦਾ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ